ਨਕੋਦਰ ਦੇ ਮਾਲੜੀ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬੈਕਵਰਡ ਸੈੱਲ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਤੌਰ ਤੇ ਹੀਰਾ ਸਿੰਘ ਗਾਬੜੀਆ ਅਤੇ ਨਿਰਮਲ ਸਿੰਘ ਵਾਈਸ ਚੇਅਰਮੈਨ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਨ੍ਹਾਂ ਦਾ ਨਕੋਦਰ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਹੀਰਾ ਸਿੰਘ ਗਾਬੜੀਆ ਤੇ ਹੋਰਨਾਂ ਨੇ ਕੀ ਕਿਹਾ, ਦੇਖੋ ਨਕੋਦਰ ਤੋਂ ਦਿਵਿਆ ਪੰਜਾਬ ਟੀਵੀ ਲਈ ਪੁਨੀਤ ਅਰੋੜਾ ਦੀ ਇਸ ਰਿਪੋਰਟ ਵਿਚ। ਹਾਂਜੀ ਸਰ, ਅੱਜ ਤੁਸੀਂ ਨਕੋਦਰ ਪਹੁੰਚੇ, ਇਹਦਾ ਕੀ ਵਿਸ਼ਾ ਸੀਗਾ? ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਵਧਾਉਣ ਵਾਸਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਨੂੰ ਦਿੱਤੀਆਂ ਸਹੂਲਤਾਂ ਬਾਰੇ, ਲੋਕਾਂ ਨੂੰ ਜਾਗਰੂਕ ਕਰਨ ਬਾਰੇ ਅਤੇ ਆਉਣ ਵਾਲੀ 2017 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਉਣ ਬਾਰੇ ਇਹ ਮੀਟਿੰਗ। ਹੁਣ ਕੁਝ ਕੁ ਆਪਣੇ ਕੋਲ ਆ ਰਹੇ ਹੈ, ਵੈਸੇ ਤਾਂ ਸਾਰੇ ਹੀ ਆਪ ਬੁਲਾਏ ਹੋ, ਕੁਝ ਕੁ ਆਪਾਂ ਸੱਜਣਾ ਨੂੰ